ਸਤਿ ਸ਼੍ਰੀ ਅਕਾਲ ਜੀ। ਜੇ ਲਾਈਵ ਹੋ ਗਿਆ ਤਾਂ ਕਾਫੀ ਦੂਰ ਬੈਠੇ ਹਾਂ, ਰੇਂਜ ਹਾਂਜੀ ਇੱਥੇ ਘੱਟ ਹੈ। ਇੰਗਲੈਂਡ 'ਚ ਹਾਂ ਵੈਸੇ ਤਾਂ, ਉੱਦਾਂ ਪਰ ਇੰਗਲੈਂਡ 'ਚ ਵੀ ਬਹੁਤ ਦੂਰ ਹਾਂ, ਰੇਂਜ ਥੋੜ੍ਹੀ ਜਿਹੀ ਘੱਟ ਹੈ, ਇਸ ਕਰਕੇ ਪਿੱਛੇ ਕੱਟ ਕੁੱਟ ਗਿਆ ਕਨੈਕਸ਼ਨ, ਤਾਂ ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਚਾਹੂੰਗਾ। ਅਤੇ ਬਸ ਸ਼ੋਰਟ ਹੋਣ ਲੱਗਾ ਸੀ ਸਟਾਰਟ, 5-7 ਮਿੰਟ ਸੀਗੇ, ਮੈਂ ਕਿਹਾ ਚਲੋ ਲਾਈਵ ਹੋ ਜਾਂਦੇ ਹਾਂ। ਅਤੇ 2-4 ਦਿਨ ਤੋਂ ਹੀ ਆ ਨਵੀਂ ਫਿਲਮ ਦੀ ਜਿਹੜੀ ਫੋਟੋਆਂ ਪਾਉਣੀਆਂ, 1-2 ਦਿਨ 'ਚ ਸਟਾਰਟ ਕੀਤੀਆਂ ਹਾਲੇ। ਸੋ ਕਈ ਵੀਰਿਆਂ ਦੇ ਮੇਲ, ਕਈਆਂ ਦੇ ਮੈਸੇਜ ਆਉਂਦੇ ਸੀ ਵੀ ਕਿਸ ਵਿਸ਼ੇ 'ਤੇ ਤੁਸੀਂ ਫਿਲਮ ਬਣਾ ਰਹੇ। ਇਹ World War I 'ਤੇ ਬੇਸਡ ਹੈ। ਕਈ ਕੋਈ ਕਿਆਸ ਲਾਉਂਦਾ ਸੀ ਵੀ ਕਿਸ ਵਿਸ਼ੇ 'ਤੇ ਹੋ ਸਕਦੀ ਹੈ, ਇਸ ਸਬਜੈਕਟ 'ਤੇ। ਸੋ ਫਿਲਮ ਦਾ ਨਾਮ, ਫਿਲਮ ਦੀ ਡੇਟ, ਰਿਲੀਜ਼ਿੰਗ ਜਿਹੜੀ ਆ ਉਹ ਜਿਹੜੇ ਪ੍ਰੋਡਿਊਸਰ ਸਾਹਿਬਾਨ ਆ ਉਹੀ ਦੱਸਣਗੇ, ਉਹੀ ਕਰਨਗੇ ਤਾਂ ਜ਼ਿਆਦਾ ਠੀਕ ਹੈ। ਮੇਰਾ ਤਾਂ, ਕਿਉਂਕਿ ਮੈਂ ਅੱਜ ਤੱਕ ਕੋਈ ਫਿਲਮ ਬਣਾਈ ਨਹੀਂ, ਪ੍ਰੋਡਿਊਸ ਨਹੀਂ ਕੀਤੀ ਹਾਲੇ ਤੱਕ, ਅਤੇ ਇਸ ਕਰਕੇ ਇਹ ਹੱਕ ਉਹਨਾਂ ਦਾ ਹੀ ਹੈ। ਇਸ ਵਿਸ਼ੇ 'ਤੇ ਨਹੀਂ ਗੱਲ ਕਰੂੰਗਾ, ਸਿਰਫ ਇੰਨਾ ਹੀ ਕਹੂੰਗਾ ਕਿ ਜਲਦੀ ਤੁਹਾਨੂੰ ਨਾਮ ਅਤੇ ਜਿਹੜੀ ਡੇਟ ਆ ਉਹ ਡਿਸਾਈਡ ਕਰਕੇ ਪ੍ਰੋਡਿਊਸਰ ਸਾਹਿਬਾਨ ਅਤੇ ਜਿਹੜੇ ਸਾਡੇ ਡਾਇਰੈਕਟਰ ਹੈ ਪੰਕਜ ਬੱਤਰਾ ਜੀ ਅਤੇ ਗੁਰਪ੍ਰੀਤ ਭਲੇੜੀ ਜੀ, ਤੁਹਾਨੂੰ ਜਲਦੀ ਦੱਸਣਗੇ। ਭਲੇੜੀ ਸਾਹਿਬ ਨੇ ਲਿਖੀ ਹੈ ਅਤੇ ਪੰਕਜ ਬੱਤਰਾ ਭਾਅ ਜੀ ਡਾਇਰੈਕਟ ਕਰ ਰਹੇ ਹਾਂ। ਪਹਿਲੀ ਮੂਵੀ ਹੈ ਪੰਕਜ ਭਾਅ ਜੀ ਹੋਣਾ ਨਾਲ ਜਿਹੜੀ ਅਸੀਂ ਸ਼ੂਟ ਕਰ ਰਹੇ ਹਾਂ ਇਕੱਠੇ, ਬੜਾ ਆਨੰਦ ਆ ਰਿਹਾ। ਜਿਹੜੇ ਭਾਅ ਜੀ ਉਹਨਾਂ ਦੀ ਟੀਮ ਵੀ ਹੈ ਬੜੀ ਬੜੀ ਪਿਆਰੀ ਹੈ, ਕੈਮਰਾਮੈਨ ਵਿਨੀਤ ਭਾਅ ਜੀ। ਹਾਂਜੀ, ਇਹ ਤਾਂ ਸੀ ਰਸਮੀ ਗੱਲਾਂ ਜਿਹੜੀਆਂ ਮੈਂ ਦੱਸਣੀਆਂ ਜੀ ਤੁਹਾਨੂੰ। ਸੋਰੀ, ਤੁਸੀਂ ਕਹਿਣਾ ਲਾਈਵ ਹੋ ਗਿਆ, ਆਪਣੀਆਂ ਮਾਰਨ ਲੱਗ ਪਿਆ ਬਸ। ਅਤੇ ਹੋਰ ਤੁਸੀਂ ਠੀਕ ਠਾਕ ਹੋ ਜੀ? ਹਾਂਜੀ, ਧੰਨਵਾਦ ਜੀ, ਧੰਨਵਾਦ। ਬਾਕੀ ਤੁਸੀਂ ਸਾਰੇ ਸਿਆਣੇ ਹੋ ਭਾਈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਪਣਾ ਆਪਣਾ ਖਿਆਲ ਰੱਖਣਾ ਵੀ ਤੁਹਾਨੂੰ ਸਾਰਿਆਂ ਨੂੰ ਆਉਂਦਾ। ਬਾਕੀ ਤਾਂ ਸਾਰੀਆਂ ਗੱਲਾਂ ਰਸਮੀ ਨੇ। ਥੈਂਕ ਯੂ, ਧੰਨਵਾਦ। ਬਾਕੀ UK ਧਰਮ ਸੇਵਾ ਰਿਕਾਰਡਸ, ਕਾਕਾ ਭਾਅ ਜੀ ਉਹਨਾਂ ਦੀ ਵੀ ਬੜੀ ਸਪੋਰਟ ਹੈ, ਬੜੇ ਵਧੀਆ ਤਰੀਕੇ ਨਾਲ ਕੰਮ ਚੱਲਦਾ ਪਿਆ। ਅਤੇ ਥੋੜ੍ਹੀ ਜਿਹੀ ਜ਼ਿੰਮੇਵਾਰੀ ਵੱਡੀ ਹੈ ਪ੍ਰੋਡਿਊਸਰਾਂ ਦੇ ਸਿਰ 'ਤੇ ਵੀ, ਟੀਮ ਦੇ ਸਿਰ 'ਤੇ ਵੀ। ਮੇਰਾ ਕੰਮ ਤਾਂ ਸਿਰਫ ਐਕਟ ਕਰਨਾ ਹੀ ਹੁੰਦਾ, ਅਤੇ ਉਹ ਹੁੰਦਾ ਕਿ ਮੈਂ ਤਾਂ ਕਰੀ ਕਰੀ ਜਾਂਦਾ, ਪਰ ਮੈਂ ਦੇਖਦਾ ਕਿ ਜ਼ਿੰਮੇਵਾਰੀ ਵੱਡੀ ਹੈ। ਬਾਕੀ ਤੁਸੀਂ ਸਾਰੇ ਸਪੋਰਟ ਕਰੋਗੇ, ਸਾਥ ਦਿਓਗੇ, ਪਿਆਰ ਦਿਓਗੇ ਤਾਂ ਹੋ ਜਾਣਾ ਮੈਨੂੰ ਲੱਗਦਾ। ਅਤੇ ਮਹਾਰਾਜ ਤੁਹਾਨੂੰ ਵੀ ਵੀਰੇ ਲੰਮੀ ਉਮਰ ਬਖਸ਼ੇ। ਬਾਕੀ ਥੈਂਕ ਯੂ, ਧੰਨਵਾਦ, ਤੁਸੀਂ ਮੇਰੀ ਲੰਬੀ ਉਮਰ ਦੀ ਦੁਆ ਕੀਤੀ। ਲੰਬੀ ਉਮਰ ਨਹੀਂ ਬਹੁਤੀ ਚਾਹੀਦੀ, ਬਸ ਜਿੰਨੀ ਕੁ ਹੋਵੇ ਠੀਕ ਹੀ ਹੋਵੇ। ਵੀਰਵਰ, ਹਾਂ, ਸੌਂਗ ਵੀ ਜਲਦੀ ਰਿਲੀਜ਼ ਹੋਣਾ, ਸਿੰਗਲ ਸੌਂਗ ਕੱਢਦੇ ਹਾਂ। ਬਾਕੀ ਟੇਪ ਦੀ ਪੂਰੀ ਤਿਆਰੀ ਚੱਲਦੀ ਪਈ ਆ, ਟੇਪ ਦੇ ਵਿੱਚੋਂ ਹੀ ਇੱਕ ਗਾਣਾ ਸਿੰਗਲ ਪਹਿਲਾਂ ਰਿਲੀਜ਼ ਕਰ ਦਾਂਗੇ। ਟਰੂ ਸਕੂਲ ਭਾਅ ਜੀ ਉਹਨਾਂ ਨੇ, ਮੈਂ ਲਾਸਟ ਟੂ ਲਾਸਟ ਵੀ ਗਿਆ ਸੀਗਾ, ਵਧੀਆ ਮਿਊਜ਼ਿਕ ਸਾਰਾ ਕੁਛ ਐਵਰੀਥਿੰਗ ਸੈੱਟ ਹੋ ਗਿਆ, ਆਪਾਂ ਬਸ ਵੀਡੀਓ ਕਰਨੀ ਹੈ। ਇਸ ਫਿਲਮ ਤੋਂ ਬਾਅਦ ਫਿਰ ਇੱਕ ਵੀਡੀਓ ਕਰ ਦਾਂਗੇ, ਤੁਹਾਡੇ ਕੋਲ ਤੁਹਾਡੀ ਕਚਹਿਰੀ 'ਚ ਪੇਸ਼ ਕਰ ਦਾਂਗੇ। ਹਾਂਜੀ, ਧੰਨਵਾਦ ਜੀ। ਹਾਂਜੀ, ਕਿੱਦਾਂ, ਠੀਕ ਹੈ ਵੀਰੇ? ਆਰਮੀ ਵਾਲਾ ਸੌਂਗ ਨਹੀਂ ਵੀਰੇ, ਆਰਮੀ ਵਾਲਾ ਸੌਂਗ ਨਹੀਂ ਹੈ, ਫਿਲਮ ਸ਼ੂਟ ਕਰਦੇ ਸੀ। ਸੌਂਗ ਜਿਹੜਾ ਉਹ ਤੁਹਾਨੂੰ ਜਲਦੀ ਸੁਣਨ ਨੂੰ ਮਿਲੂਗਾ। ਮੈਨੂੰ ਪਤਾ ਸੌਂਗ ਦੀਆਂ ਮੇਲਸ ਵੀ ਬਹੁਤ ਆਉਂਦੀਆਂ ਕਿ ਗਾਣੇ ਘੱਟ ਹੋ ਜਾਂਦੇ ਆ, ਰਿਲੀਜ਼ ਨਹੀਂ ਹੁੰਦੇ, ਮੈਂ ਮਾਫੀ ਚਾਹੂੰਗਾ ਉਹਦੇ ਲਈ। ਫਿਲਮਾਂ ਦੇ ਵਿੱਚ ਵੀ ਗਾਣੇ ਹੁੰਦੇ ਆ, ਕੰਮ ਤਾਂ ਮੈਂ ਇਹੀ ਕਰਦਾ ਪਿਆ, ਪਰ ਆਈ ਨੋ ਜਦੋਂ ਤੁਸੀਂ ਇਕੱਲੇ ਗਾਣੇ ਕਰਦੇ ਹੁੰਦੇ ਹੋ ਤੁਸੀਂ ਸਪੀਡ 'ਚ ਗਾਣੇ ਕਰ ਸਕਦੇ ਹਾਂ। ਚਲੋ ਕੋਈ ਨਹੀਂ, ਐਨੀ ਹਾਓ। ਬਾਕੀ ਚਲੋ ਸਾਰਿਆਂ ਨੂੰ ਪਿਆਰ ਸਤਿਕਾਰ, ਘਰ ਵੀ ਫੋਨ ਕਰਨਾ ਸੀ ਮੰਮੀ ਨੂੰ ਮੈਂ, ਬੈਟਰੀ ਹੁਣ ਜਿਹੜੀ ਆ ਉਹ 7-8% ਹੀ ਰਹਿ ਗਈ, ਇੱਕ ਫੋਨ ਬਸ ਘਰ ਕਰ ਲਵਾਂ ਅਤੇ ਫਿਰ ਨਾਲੇ ਕੰਮ 'ਤੇ ਜੀ। ਧੁੱਪ ਬਹੁਤ ਸੋਹਣੀ ਲੱਗ ਗਈ ਹੈ, ਬਸ ਆਪਾਂ ਚੱਲੇ ਛੋੜ ਦੇਣ। ਅਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ, ਤੁਸੀਂ ਜਿੰਨੇ ਕੁ ਔਨਲਾਈਨ ਹੋਏ, ਅਤੇ ਮੈਂ ਮਾਫੀ ਚਾਹੂੰਗਾ ਕਿ ਥੋੜ੍ਹੇ ਟਾਈਮ ਲਈ ਔਨਲਾਈਨ ਹੋਇਆ, ਅਤੇ ਗੱਲਾਂ ਬਾਤਾਂ ਵੀ ਮੇਰੇ ਕੋਲ ਇੰਨੀਆਂ ਸੀਗੀਆਂ। ਅਤੇ ਥੈਂਕ ਯੂ, ਧੰਨਵਾਦ, ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਦੇ ਆਈਕਾਨ 'ਤੇ ਕਲਿੱਕ ਕਰਨਾ ਨਾ ਭੁੱਲੋ।